ਸਸਕਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਏ ਹਾਂ ਜੋ ਕਿ ਪੰਜਾਬ ਦੇ ਕੈਂਡੀਡੇਟ ਲਈ ਨਿਕਲ ਕੇ ਆ ਚੁੱਕਿਆ ਹੈ ਜੀ ਪੰਜਾਬ ਦੇ ਵਿੱਚ ਲੇਟੈਸਟ ਰਿਕਰੂਟਮੈਂਟ ਅਪਡੇਟਸ ਦਾ ਨੋਟੀਫਿਕੇਸ਼ਨ ਜਿਹੜਾ ਹੈ ਜੀ ਉਹ ਜਾਰੀ ਕੀਤਾ ਗਿਆ ਹੈ ਕਿੱਦਾਂ ਤੁਸੀਂ ਇਹਦੇ ਲਈ ਅਪਲਾਈ ਕਰਨਾ ਹੈ ਕੌਣ-ਕੌਣ ਅਪਲਾਈ ਕਰ ਸਕਦਾ ਹੈ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਚ ਦਵਾਂਗਾ ਸੋ ਵੀਡੀਓ ਨੂੰ ਐਂਡ ਤੱਕ ਪੂਰਾ ਜ਼ਰੂਰ ਦੇਖਿਓ ਫਰਸਟ ਟਾਈਮ ਚੈਨਲ ਤੇ ਆਏ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਨਾਲ ਦੇ ਨਾਲ ਬੈਲ ਆਈਕ ਦੇ ਅਪਲਾਈ ਕਰ ਪਾਓ ਵੈਕੈਂਸੀਜ਼ ਦੀ ਗੱਲ ਕਰੀਏ ਹੋਰ ਬਹੁਤ ਸਾਰੀਆਂ ਵੈਕੈਂਸੀਜ਼ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਜਿਹਦੇ ਲਈ ਸਿੰਪਲੀ ਤੁਸੀਂ Google ਤੇ ਜਾਣਾ ਔਰ ਉੱਥੇ ਜਾ ਕੇ ਟਾਈਪ ਕਰਨਾ ਹੈ ji meetacademy.in ਤੇ ਫਰਸਟ ਨੰਬਰ ਤੇ ਤੁਹਾਨੂੰ ਸਾਡੀ ਵੈਬਸਾਈਟ ਜਿਹੜੀ ਹੈ ਜੀ ਉਹ ਮਿਲ ਜਾਵੇਗੀ ਉੱਥੋਂ ਸਾਰੇ ਜੋਬ ਰਿਲੇਟਡ ਅਪਡੇਟ ਜਿਹੜੇ ਨੇ ਤੁਸੀਂ ਲੈ ਸਕਦੇ ਹੋ ਤੇ ਚੈੱਕ ਕਰਕੇ ਅਪਲਾਈ ਜਿਹੜਾ ਤੁਸੀਂ ਕਰ ਸਕਦੇ ਹੋ ਜੀ ਤੇ ਚਲੋ ਚੱਲਦੇ ਹਾਂ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਚੱਲ ਕੇ ਬਾਕੀ ਦੀ ਇਨਫੋਰਮੇਸ਼ਨ ਜਿਹੜੀ ਹੈ ਉਹ ਤੁਹਾਡਾ ਸ਼ੇਅਰ ਕਰਦਾ ਇਸ ਰਿਕਰੂਟਮੈਂਟ ਦੇ ਬਾਰੇ ਸਭ ਤੋਂ ਪਹਿਲਾ ਨੋਟੀਫਿਕੇਸ਼ਨ ਹੈ ਜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵੱਲੋਂ ਹੈ ਜਿਸ ਦੇ ਵਿੱਚ ਇਹਦੇ ਵਿੱਚ ਮੈਨੇਜਰ ਦੀਆਂ ਤਿੰਨ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਤੁਸੀਂ ਮਾਸਟਰ ਡਿਗਰੀ ਨੇਚੁਰਲ ਐਂਡ ਐਗਰੀਕਲਚਰ ਸਾਇੰਸ ਦੇ ਵਿੱਚ ਕੀਤੀ ਹੋਈ ਹੈ ਬੈਚਲਰਸ ਡਿਗਰੀ ਕੀਤੀ ਹੋਈ ਹੈ ਇੰਜੀਨੀਅਰਿੰਗ ਦੇ ਵਿੱਚ ਜਾਂ ਟੈਕਨੋਲੋਜੀ ਔਰ ਮੈਡੀਸਿਨ ਦੇ ਵਿੱਚ ਕੀਤੀ ਹੋਈ ਹੈ ਤਾਂ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਜੀ 40 ਇਅਰ ਤੱਕ ਦੇ ਕੈਂਡੀਡੇਟ ਨੇ ਉਹ ਐਲੀਜੀਬਲ ਹੋਣਗੇ ਤੇ ਅਪਲਾਈ ਕਰ ਪਾਣਗੇ ਇੱਥੇ 42000 ਰੁਪਏ ਤੁਹਾਡੀ ਸੈਲਰੀ ਪਲੱਸ ਤੁਹਾਨੂੰ ਐਚਆਰਏ ਦਿੱਤਾ ਜਾਵੇਗਾ ਉਸ ਤੋਂ ਬਾਅਦ ਨੈਕਸਟ ਹੈਗੀ ਹੈ ਡਾਟਾ ਐਂਟਰੀ ਆਪਰੇ ਉਹ ਅਪਲਾਈ ਕਰ ਸਕਦੇ ਨੇ ਇਹਦੇ ਵਿੱਚ ਏਜ ਲਿਮਿਟ ਜਿਹੜੀ ਹੈ ਜੀ ਉਹ 35 ਸਾਲ ਤੱਕ ਦੀ ਰੱਖੀ ਗਈ ਹੈ ਜੀ 20000 ਤੁਹਾਡੀ ਸੈਲਰੀ ਪਲੱਸ ਐਚ ਆਰ ਏ ਇੱਥੇ ਦਿੱਤਾ ਹੀ ਜਾਣਾ ਹੈ ਜਿਹੜੇ ਕੈਂਡੀਡੇਟ ਇਹਦੇ ਲਈ ਅਪਲਾਈ ਕਰਨਾ ਚਾਹੁੰਦੇ ਨੇ ਚੈੱਕ ਕਰਕੇ ਜ਼ਰੂਰ ਨਾਲ ਅਪਲਾਈ ਕਰ ਲੈਣ ਜੀ ਇਸ ਦੇ ਵਿੱਚ ਜੋਬ ਪ੍ਰੋਫਾਈਲ ਦੇ ਲਈ ਕੀ ਕੀ ਕੰਮ ਰਹੇਗਾ ਤੁਹਾਡਾ ਉਹ ਲਿਖਿਆ ਹੋਇਆ ਹੈ ਜੀ ਠੀਕ ਹੈ ਜੀ ਤੇ ਡਾਟਾ ਐਂਟਰੀ ਲਈ ਕੀ ਰਹੇਗਾ ਉਹ ਵੀ ਸਕਿਲਸ ਕੀ ਕੀ ਰਿਕੁਆਇਰਡ ਨੇ ਉਹ ਵੀ ਲਿਖਿਆ ਹੋਇਆ ਹੈ ਮੰਡੇ ਟੂ ਸੈਟਰਡੇ ਵਰਕਿੰਗ ਹੋਵੇਗਾ ਇੱਕ ਛੁੱਟੀ ਤੁਹਾਨੂੰ ਸੌਰੀ ਮੰਡੇ ਟੂ ਸੈਟਰਡੇ ਹੋਵੇਗਾ ਸੰਡੇ ਤੁਹਾਨੂੰ ਛੁੱਟੀ ਦਿੱਤੀ ਜਾਵੇਗੀ ਠੀਕ ਹੈ ਜੀ ਉਸ ਤੋਂ ਬਾਅਦ ਕੀ ਰਿਸਪੌਂਸਿਬਿਲਟੀਜ਼ ਵੀ ਲਿਖਿਆ ਨੇ ਰਿਕਰੂਟਮੈਂਟ ਪ੍ਰੋਸੈਸ ਦੇ ਲਈ ਤੁਸੀਂ 25 ਮਈ ਤੱਕ ਇਹਦੇ ਲਈ 5 ਵਜੇ ਤੱਕ ਜਿਹੜਾ ਹੈ ਜੀ ਰਜਿਸਟਰਡ ਪੋਸਟ ਦੇ ਥਰੂ ਪੇ ਕਰ ਸਕਦੇ ਹੋ ਆਪਣੀ ਐਪਲੀਕੇਸ਼ਨਸ ਠੀਕ ਹੈ ਜੀ ਇਹ ਇਨਕਸ਼ਰ ਦਿੱਤਾ ਹੋਇਆ ਹੈ ਉਹਨਾਂ ਨੇ ਅਪਲਾਈ ਕਰਨ ਦੇ ਲਈ ਇਹ ਪਹਿਲਾ ਨੋਟੀਫਿਕੇਸ਼ਨ ਹੈ ਹਲੇ ਅੱਗੇ ਹੋਰ ਇਦੇ ਲਈ ਤੁਸੀਂ ਅਪਲਾਈ ਕਰਨਾ ਹੈ ਲਿੰਕ ਡਿਸਕ੍ਰਿਪਸ਼ਨ ਚ ਮਿਲ ਜੇਗਾ ਗੱਲ ਕਰਦੇ ਹਾਂ ਸੈਕਿੰਡ ਨੋਟੀਫਿਕੇਸ਼ਨ ਦੀ ਇਹ ਸੈਕਿੰਡ ਨੋਟੀਫਿਕੇਸ਼ਨ ਵੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਹੀ ਹੈ ਡਿਪਾਰਟਮੈਂਟ ਲੱਗਿਆ ਹੈ ਇਸ ਦੇ ਵਿੱਚ ਜਿਹੜੀ ਵੈਕੈਂਸੀ ਹੈ ਜੀ ਉਹ ਤੁਸੀਂ ਅਪਲਾਈ ਕਰ ਸਕਦੇ ਹੋ ਇਹਦੇ ਲਈ ਵੀ ਇੰਟਰਵਿਊ ਤੁਹਾਡੀ ਜਿਹੜੀ ਆਣੀ ਹੈ ਠੀਕ ਹੈ ਜੀ ਇਹ ਸੌਰੀ ਦੂਜਾ ਨੋਟੀਫਿਕੇਸ਼ਨ ਤੀਜਾ ਇੱਕ ਹੋਰ ਨੋਟੀਫਿਕੇਸ਼ਨ ਉਹ ਵੀ ਦਿਖਾ ਦੇਣਾ ਤੁਹਾਨੂੰ ਸੋ ਇਹ ਵੀ ਜੂਨੀਅਰ ਰਿਸਰਚ ਫੈਲੋ ਦਾ ਨੋਟੀਫਿਕੇਸ਼ਨ ਹੈ ਜੀ ਜਿਹਦੇ ਵਿੱਚ 25000 ਤੁਹਾਡੀ ਸੈਲਰੀ ਜਿਹੜੀ ਹੈ ਉਹ ਰਹੇਗੀ ਠੀਕ ਹੈ ਜੀ ਨੈਟ ਅਤੇ ਗੇਟ ਕੁਆਲੀਫਾਈਡ ਕੈਂਡੀਡੇਟ ਜੂਨੀਅਰ ਰਿਸਰਚ ਫੈਲੋ ਦੇ ਲਈ ਜਿਹੜਾ ਹੈ ਉਹ ਅਪਲਾਈ ਜਿਹੜਾ ਹੈ ਉਹ ਕਰ ਸਕਦੇ ਨੇ ਜੀ ਇਸ ਦੇ ਵਿੱਚ 11/5/2024 ਜਿਹੜੀ ਹੈ ਜੀ ਲਾਸਟ ਡੇਟ ਹੈ ਇਹਦੇ ਅਪਲਾਈ ਕਰਨ ਦੇ ਲਈ ਕਿੱਦਾਂ ਤੁਸੀਂ ਅਪਲਾਈ ਕਰਨਾ ਹੈ ਉਹਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਚ ਦੇ ਚੁੱਕੇ ਹਾਂ ਜੀ ਨੋਟੀਫਿਕੇਸ਼ਨ ਨੂੰ ਤੁਸੀਂ ਡਾਊਨਲੋਡ ਕਰਨਾ ਹੈ ਠੀਕ ਹੈ ਜੀ ਔਰ ਪਲੈਨ ਪੇਪਰ ਤੇ ਬਾਏ ਰਜਿਸਟਰਡ ਪੋਸਟ ਤੁਸੀਂ ਜਿਹੜਾ ਹੈ ਸਪੀਡ ਪੋਸਟ ਦੇ ਥ ਉਹ ਸਾਰਾ ਤੁਸੀਂ ਭੇਜਣਾ ਹੋਵੇਗਾ ਸਾਰੇ ਦੇ ਸਾਰੇ ਲਿੰਕ ਜਿਹੜੇ ਨੇ ਉਹ ਡਿਸਕ੍ਰਿਪਸ਼ਨ ਚ ਮੈਂ ਤੁਹਾਨੂੰ ਆਲਰੇਡੀ ਦੇ ਚੁੱਕਾ ਜੀ ਚੈੱਕ ਕਰਕੇ ਤੁਸੀਂ ਇਹਦੇ ਲਈ ਅਪਲਾਈ ਜਿਹੜਾ ਹੈ ਉਹ ਕਰ ਲਿਓ ਜੀ ਬਾਕੀ ਇਸ ਤੋਂ ਇਲਾਵਾ ਇੱਕ ਹੋਰ ਨੋਟੀਫਿਕੇਸ਼ਨ ਹੈ ਠੀਕ ਹੈ ਜੀ ਜਿਹੜਾ ਕਿ ਇਹ ਜਿਹੜਾ ਨੋਟੀਫਿਕੇਸ਼ਨ ਤੁਸੀਂ ਦੇਖ ਸਕਦੇ ਹੋ ਇਹ ਪਹਿਲਾ ਪਹਿਲਾ ਨੋਟੀਫਿਕੇਸ਼ਨ ਸੀਗਾ ਠੀਕ ਹੈ ਜੀ ਉਸ ਤੋਂ ਬਾਅਦ ਸੈਕਿੰਡ ਦੱਸਿਆ ਸੀਗਾ ਇਸ ਦੇ ਵਿੱਚ ਇਹ ਨੋਟੀਫਿਕੇਸ਼ਨ ਤੋਂ ਇਲਾਵਾ ਦੂਜੇ ਹੋਰ ਐਸ ਆਰ ਐਫ ਸੀਨੀਅਰ ਰਿਸਰਚ ਫੈਲੋ ਦੀ ਨੋਟੀਫਿਕੇਸ਼ਨ ਵੀ ਆਊਟ ਹੋਏ ਨੇ ਜਿਨ੍ਹਾਂ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਉਹਦਾ ਲਿੰਕ ਵੀ ਡਿਸਕ੍ਰਿਪਸ਼ਨ ਚ ਮੈਂ ਤੁਹਾਨੂੰ ਜਿਹੜਾ ਉਹ ਦੇ ਚ ਕਰਕੇ ਦੱਸ ਹੀ ਸਕਦੇ ਹੋ ਮੈਂ ਤੁਹਾਡੇ ਲਈ ਸਭ ਤਰ੍ਹਾਂ ਦੇ ਲੇਟੈਸਟ ਨੋਟੀਫਿਕੇਸ਼ਨ ਲੈ ਕੇ ਆਂਦਾ ਹੀ ਰਵਾਂਗਾ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ